ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਅਵੇਅਰਨੈਸ ਵਾਸਤੇ ਕਦਮ ਚੁੱਕੇ ਜਾ ਰਹੇ ਨੇ, ਲੇਕਿਨ ਜੇਕਰ ਕੋਈ ਵਾਇਲੇਸ਼ਨ ਕਰਦਾ ਔਰ ਉਹਦਾ ਡਰਾਈਵਿੰਗ ਲਾਇਸੈਂਸ ਕੈਂਸਲ ਹੁੰਦਾ ਹੈ ਤਾਂ ਉਹਦੇ ਵਾਸਤੇ ਵੀ ਹੁਣ ਇਗਜ਼ਾਮ ਦੇਣੇ ਹੋਵੇਗੇ। ਜੀ ਹਾਂ, ਹੁਣ ਚੰਡੀਗੜ੍ਹ ਟ੍ਰੈਫਿਕ ਪੁਲਿਸ ਲਗਾਤਾਰ ਇਸ ਤਰ੍ਹਾਂ ਦੇ ਜਿਹੜਾ ਵੀ ਵਾਇਲੇਸ਼ਨ ਕਰਦਾ ਕਿਸੇ ਦਾ, ਓਵਰ ਸਪੀਡ ਦਾ ਜਾਂ ਕਿਸੇ ਦਾ ਹੈਲਮੈਟ ਦਾ ਚਲਾਨ ਹੋਇਆ, ਉਹਦੇ ਹੁਣ ਜੇਕਰ ਲਾਇਸੈਂਸ ਕੈਂਸਲ ਹੁੰਦਾ ਉਹਦਾ ਇਗਜ਼ਾਮ ਹੋਏਗਾ, 30 ਨੰਬਰ ਦਾ ਪੇਪਰ ਹੋਏਗਾ। ਜੇਕਰ 24 ਨੰਬਰ ਆਉਂਦੇ ਉਹਦੇ 'ਚ ਤਾਂ ਹੀ ਉਹ ਕਲੀਅਰੈਂਸ ਉਹਨੂੰ ਮਿਲੇਗੀ, ਅਦਰਵਾਈਜ਼ ਉਹਦਾ ਲਾਇਸੈਂਸ ਜਿਹੜਾ ਹੈ ਉਹ ਕੈਂਸਲ ਹੀ ਰਹਿਣ ਵਾਲਾ ਹੈ। ਹਾਲਾਂਕਿ ਇਹਦੇ ਵਾਸਤੇ ਕਲਾਸਿਸ ਵੀ ਲਾਉਣੀ ਪਏਗੀ, ਜਿਹੜੇ ਵੀ ਵਾਇਲੇਟਰਸ ਨੇ ਉਹਨਾਂ ਦੀ ਕਲਾਸਿਸ ਵੀ ਜਿਹੜੀ ਹੈ ਉਹ ਲੱਗ ਰਹੀ ਹੈ, ਅਤੇ ਇਹ ਕਲਾਸਿਸ ਲਗਾਉਣ ਦਾ ਮਕਸਦ ਇਹੀ ਹੈ ਕਿ ਉਹਨਾਂ ਨੂੰ ਅਵੇਅਰ ਕੀਤਾ ਜਾਵੇ ਜੇ ਕੋਈ ਵਾਇਲੇਸ਼ਨ ਕਰ ਰਿਹਾ ਹੈਲਮੈਟ ਦਾ ਜਾਂ ਫਿਰ ਓਵਰ ਸਪੀਡ ਜਾਂ ਫੋਨ 'ਤੇ ਗੱਲ ਕਰ ਰਿਹਾ ਜਾਂ ਫਿਰ ਡੇਂਜਰਸ ਡਰਾਈਵਿੰਗ ਕਰ ਰਿਹਾ, ਉਹਦੇ ਵਾਸਤੇ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਹਨਾਂ ਦੀ ਕਲਾਸ ਲੈ ਰਹੀ ਹੈ। ਦੇਖੋ ਹੁਣ ਇਹ ਜਿਹੜੀ ਸਕੂਲਾਂ 'ਚ ਕਲਾਸ ਲੱਗਦੀ ਹੈ, ਇਗਜ਼ਾਮ ਹੁੰਦੇ ਹੈ, ਸੇਮ ਉਸੇ ਤਰ੍ਹਾਂ ਚੰਡੀਗੜ੍ਹ ਟ੍ਰੈਫਿਕ ਲਾਈਨ ਦੇ ਵਿੱਚ ਇਹਨਾਂ ਦੀ ਕਲਾਸਿਸ ਲੱਗ ਰਹੀ ਹੈ, ਵਿਦਾਊਟ ਹੈਲਮੈਟ ਦੇ ਜਿਹੜੇ ਇੱਥੇ ਬੈਠੇ ਨੇ ਜਾਂ ਫਿਰ ਡੇਂਜਰਸ ਡਰਾਈਵਿੰਗ ਦੇ ਇੱਥੇ ਵਾਇਲੇਟਰਸ ਬੈਠੇ ਨੇ ਜਿਨ੍ਹਾਂ ਦੇ ਲਾਇਸੈਂਸ ਕੈਂਸਲ ਹੋਏ ਨੇ, ਉਹਨਾਂ ਦੇ ਜਿਹੜੀ ਹੈਗੀ ਕਲਾਸਿਸ ਲੱਗ ਰਹੀ ਹੈ। ਕਲਾਸਿਸ ਲਾਉਣ ਤੋਂ ਬਾਅਦ ਉਹਨਾਂ ਨੂੰ ਇਗਜ਼ਾਮ ਦੇਣਾ ਹੋਵੇਗਾ, ਔਰ ਇਗਜ਼ਾਮ ਦਾ ਇੱਕ ਪੂਰਾ ਜਿਹੜੇ ਇੱਕ ਪੂਰਾ ਇੱਕ ਤਿਆਰ ਕੀਤਾ ਗਿਆ ਜਿਹਦੇ ਵਿੱਚ ਸਾਰੇ ਟ੍ਰੈਫਿਕ ਲਾਈਨ ਤੋਂ ਜੁੜੇ, ਟ੍ਰੈਫਿਕ ਤੋਂ ਜੁੜੇ, ਹੈਲਮਟਸ ਜੇ ਕੋਈ ਨਹੀਂ ਪਾਉਂਦਾ ਜਾਂ ਕਿਸ ਤਰ੍ਹਾਂ ਦੇ ਐਕਸੀਡੈਂਟਸ ਹੁੰਦੇ, ਕਿਸ ਤਰ੍ਹਾਂ ਦੇ ਖਦਸ਼ਾ ਹੋ ਸਕਦਾ, ਇਹ ਸਾਰੀ ਚੀਜ਼ਾਂ ਨੂੰ ਇਹਨਾਂ ਨੂੰ ਦੱਸਿਆ ਜਾਂਦਾ, ਔਰ ਜੇਕਰ ਕੋਈ ਕਲੀਅਰ ਕਰਦਾ ਉਹਨਾਂ ਨੂੰ ਫਿਰ ਕਲੀਅਰੈਂਸ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਵੱਲੋਂ ਦਿੱਤਾ ਜਾਂਦਾ। ਅਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਇਹ ਕੁਐਸਚਨ ਪੇਪਰ ਹੈ, ਜਿਹੜੇ ਪੁਲਿਸ ਆਫਿਸਰ ਦੱਸ ਰਹੇ ਨੇ ਕਿ ਇਹ ਪੂਰਾ ਕੁਐਸਚਨ ਪੇਪਰ ਹੈ ਜੋ ਕਿ ਇਹਨਾਂ ਨੂੰ ਪੂਰਾ ਪ੍ਰਪੇਅਰ ਕਰਕੇ ਇਹਨਾਂ ਨੂੰ ਦੱਸ ਕੇ ਫਿਰ ਇਗਜ਼ਾਮ ਦੇਣਾ ਹੋਵੇਗਾ, ਔਰ ਇਗਜ਼ਾਮ ਦੇਣ ਤੋਂ ਬਾਅਦ ਇਹਨਾਂ ਨੂੰ ਇਹ ਇਗਜ਼ਾਮ ਦੇਣ ਤੋਂ ਬਾਅਦ ਇਹ ਨਾ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ, ਜੇਕਰ ਕੋਈ ਕਲੀਅਰ ਨਹੀਂ ਕਰਦਾ ਤਾਂ ਇਹ ਨਹੀਂ ਹੁੰਦਾ। ਇਹ ਤਸਵੀਰਾਂ ਨੇ ਸਾਰੀ ਚੀਜ਼ਾਂ ਦੱਸੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦਾ ਪੇਪਰ ਆਉਣ ਵਾਲਾ ਹੈ, ਕਿਸ ਤਰ੍ਹਾਂ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਉਹਨਾਂ ਨੂੰ ਇੱਕ ਇੱਕ ਪੁਆਇੰਟ ਦੱਸਿਆ ਜਾਏਗਾ ਕਿਉਂਕਿ ਬਹੁਤ ਜ਼ਰੂਰੀ ਹੈ। ਚੀਜ਼ਾਂ ਨੂੰ ਲੈ ਕੇ ਭੁਪਿੰਦਰ ਸਿੰਘ ਨਾਲ ਗੱਲ ਵੀ ਕਰ ਲੈਂਦੇ ਹਾਂ। ਸਰ, 2 ਮਿੰਟ ਲੈਵਾਂਗੇ ਤੁਹਾਡੇ, ਕਿਉਂਕਿ ਵਾਇਲੇਸ਼ਨ ਨੂੰ ਲੈ ਕੇ ਜਿਹੜੇ ਚਲਾਨ ਹੁੰਦੇ ਨੇ, ਕੈਂਸਲ ਹੁੰਦੇ ਲਾਇਸੈਂਸ, ਉਹਨਾਂ ਦੇ ਵਾਸਤੇ ਹੁਣ ਕਲਾਸਿਸ ਲੱਗ ਰਹੀਆਂ। ਪਹਿਲਾਂ ਤਾਂ ਸੁਣਦੇ ਸੀ ਕਿ ਸਕੂਲਾਂ ਕਾਲਜਾਂ 'ਚ ਕਲਾਸਿਸ ਲੱਗਦੀ ਸੀ, ਹੁਣ ਇਹ ਵੀ ਕਲਾਸਿਸ ਲਾ ਰਹੇ ਹੋ? ਹਾਂਜੀ ਬਿਲਕੁਲ, ਕੁਛ ਜਿਹੜੇ ਅੱਗੇ ਆ ਵਾਇਲੇਸ਼ਨ ਆ ਕਿ ਹੈਲਮਟ ਆ ਜਿੱਦਾਂ, ਚਾਹੇ ਪਿੱਛੇ ਵਾਲੇ ਨੇ ਪਾਇਆ ਚਾਹੇ ਅੱਗੇ ਵਾਲੇ ਨੇ, ਨੰਬਰ 2 ਓਵਰ ਸਪੀਡ ਆ, ਮੋਬਾਇਲ ਆ, ਅਤੇ ਆਪਣਾ ਡਰਿੰਕਿੰਗ ਆ, ਰੋਂਗ ਸਾਈਡ ਡਰਾਈਵਿੰਗ ਆ, ਮੋਬਾਈਲ ਆ, ਇਹਨਾਂ ਵਿੱਚ ਲਾਇਸੈਂਸ ਸਸਪੈਂਡ ਹੁੰਦਾ ਹੈ। ਜੁਰਮਾਨਾ ਲੈ ਕੇ ਆਪਾਂ ਉਹਨਾਂ ਨੂੰ ਫਿਰ ਇੱਕ ਲਾਲ ਪੇਪਰ ਦੇ ਦਿੰਦੇ ਹਾਂ ਚਿੱਟਾ, ਇਹਨਾਂ ਦਾ 7/11/23 ਨੂੰ ਜਿੱਦਾਂ ਹੋਇਆ ਸੀ, ਇਹ 3 ਮਹੀਨੇ ਇਹਨਾਂ ਨੇ ਡਰਾਈਵਿੰਗ ਨਹੀਂ ਕਰਨੀ, ਇਹਨਾਂ ਦਾ ਲਾਇਸੈਂਸ ਸਸਪੈਂਡ ਰਹੇਗਾ, ਇਹ ਡਰਾਈਵਿੰਗ ਨਹੀਂ ਕਰ ਸਕਦੇ। ਅਗਰ ਕਰਨਗੇ ਆਪਣੇ ਰਿਸਕ 'ਤੇ ਕਰਨਗੇ, ਜੇਕਰ ਫੜੇ ਗਏ ਤਾਂ ਫਿਰ ਡਬਲ ਜੁਰਮਾਨਾ ਇਹਨਾਂ ਨੂੰ ਹੋਏਗਾ ਔਰ ਪਾਉਂਡ ਵੀ ਹੋਏਗਾ ਔਰ ਹੋਰ ਵੀ ਸਜ਼ਾ ਮਿਲੇਗੀ। ਔਰ ਇਸ ਤੋਂ ਬਾਅਦ 3 ਮਹੀਨੇ ਬਾਅਦ ਸਾਡੇ ਕੋਲ ਕਲਾਸ ਲੱਗੇਗੀ, ਕਲਾਸ ਦੇ ਵਿੱਚ ਇਹਨਾਂ ਨੂੰ ਆਪਾਂ ਰੋਡ ਸੈਨ ਵਗੈਰਾ ਜਾਂ ਕੁਛ ਐਕਸੀਡੈਂਟ ਦੀ ਆਪਣਾ ਦਿਖਾਉਂਦੇ ਹਾਂ ਪਿਕਚਰਾਂ, ਔਰ ਉਹਦੇ ਵਿੱਚ ਇਹਨਾਂ ਨੂੰ ਦੱਸਿਆ ਜਾਏਗਾ ਕਿ ਇਹਨਾਂ ਚੀਜ਼ਾਂ ਕਰਕੇ ਐਕਸੀਡੈਂਟ ਹੁੰਦੇ ਆ, ਇਹਨਾਂ ਚੀਜ਼ਾਂ ਕਰਕੇ ਜਿਹੜਾ ਵਾ ਆਪਾਂ ਚਲਾਉਣ ਤੋਂ ਬਚ ਵੀ ਸਕਦੇ ਹਾਂ, ਕਿਉਂਕਿ ਆਪਾਂ ਹੈਲਮਟ ਪਾਵਾਂਗੇ ਅਤੇ 4 ਸਾਲ ਤੋਂ ਸ਼ੁਰੂ ਹੁੰਦਾ ਹੈ। ਕੁਛ ਲੈ 12 ਸਾਲ ਦੇ ਬੱਚੇ ਜਿਹੜੇ ਆ ਉਹ ਕਹਿੰਦੇ ਨਹੀਂ ਸਾਨੂੰ ਹੈਲਮਟ ਅਲਾਊਡ ਨਹੀਂ ਆ, ਨਹੀਂ 4 ਸਾਲ ਤੋਂ ਸ਼ੁਰੂ ਹੁੰਦਾ ਹੈਲਮਟ, ਔਰ ਹੈਲਮਟ ਜਿਹੜਾ ISI ਮਾਰਕਾ ਪਾਉਣਾ ਚਾਹੀਦਾ। ਕੁਛ ਲੋਕ ਇਹ ਜਿਹੜਾ ਪਟਾ ਆ ਇਹ ਨਹੀਂ ਬੰਨਦੇ, ਇਹ ਜਿਹੜਾ ਇਹ ਕੱਸ ਕੇ ਬੰਨਿਆ ਹੋਏਗਾ ਤਾਂ ਹੀ ਤੁਹਾਡੀ ਜਾਨ ਬਚੇਗੀ। ਕੀ ਹੁੰਦਾ ਕਿ ਕਈ ਇੱਦਾਂ ਖੁੱਲ੍ਹਾ ਛੱਡ ਦਿੰਦੇ ਆ, ਕਈ ਤਾਂ ਖੋਲ ਕੇ ਰੱਖਦੇ ਆ, ਉਹ ਵੀ ਚਲਾਨ ਹੈ, ਉਹਦਾ ਵੀ ਚਲਾਨ, ਨਹੀਂ ਚਲਾਨ ਤਾਂ ਹੈ ਉਹਦਾ, ਲੇਕਿਨ ਇੰਨੀ ਜਲਦੀ ਫੜੇ ਨਹੀਂ ਜਾਂਦਾ ਕਿਉਂਕਿ ਕੈਮਰਾ ਤਾਂ ਹੁਣ ਉੱਤੇ ਵੇਖਣਾ ਉਹਨਾਂ ਨੇ। ਔਰ ਇਹ ਜਿਹੜੀ ਚੀਜ਼ ਹੈ ਇਹਨਾਂ ਨੂੰ ਬਹੁਤ ਨੁਕਸਾਨ ਹੈ, ਚਲਾਨ ਤਾਂ ਨਹੀਂ ਨੁਕਸਾਨ ਬਹੁਤ ਆ, ਕਿਉਂਕਿ ਜਦੋਂ ਹਿੱਟ ਹੋਏ ਤਾਂ ਹੈਲਮਟ ਅਲੱਗ ਹੋ ਜਾਣਾ ਵਾ, ਅਤੇ ਇਹਨਾਂ ਦਾ ਸਿਰ ਜਿਹੜਾ ਵਾ ਡਿਵਾਈਡਰ ਨਾਲ ਕਿਸੇ ਗੱਡੀ ਨਾਲ ਵੱਜਣਾ ਵਾ, ਅਤੇ ਇਹਨਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ, ਬਹੁਤ ਸਾਰੀ ਡੈਥ ਇੱਦਾਂ ਹੋਈ ਹੈ। ਠੀਕ ਹੈ, ਤਾਂ ਕਲਾਸਿਸ ਕਿਸ ਤਰ੍ਹਾਂ ਦੀ ਲੈਂਦੇ ਹੋ, ਇਹੀ ਚੀਜ਼ਾਂ ਸਮਝਾਈ? ਹਾਂ, ਕਲਾਸ ਦੇ ਵਿੱਚ ਆਪਾਂ PPT ਰਾਹੀਂ ਔਰ ਇਹਨਾਂ ਨੂੰ ਰੋਡ ਸੈਨ ਵਗੈਰਾ ਦੱਸਦੇ, ਰੋਡ ਮਾਰਕਿੰਗ ਦਾ ਮਤਲਬ ਦੱਸੀਦਾ, ਇੱਕ ਰੋਡ ਮਾਰਕਿੰਗ ਦਾ ਮਤਲਬ ਕੀ ਆ, ਨੋ ਪਾਰਕਿੰਗ, ਗੱਡੀ ਕਿੱਥੇ ਨਹੀਂ ਖੜੀ ਕਰਨੀ,
ਅਗਰ ਜਿੱਦਾਂ 60 ਦੀ ਸਪੀਡ ਹੈ ਤੇ ਤੁਸੀਂ 60 ਤੋਂ ਉੱਪਰ ਨਹੀਂ ਚਲਾਉਣਾ, ਅਗਰ ਚਲਾਓਗੇ ਤੇ ਸਾਡੇ ਆਟੋਮੈਟਿਕ ਕੈਮਰੇ ਉਹ ਵੀ ਚਲਾਨ ਕਰਦੇ ਆ। ਠੀਕ ਹੈ, ਤੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਬਿਲਕੁਲ ਸਾਰੀਆਂ ਚੀਜ਼ਾਂ ਜਿਹੜੇ ਕੁਐਸਚਨਸ ਨੇ ਇਹ ਇੱਕ ਵਾਰੀ ਦਿਖਾ ਦੋਗੇ? ਇਹ ਇਹ ਕੁਐਸਚਨਸ ਨੇ ਕਿੰਨੇ ਕੁਐਸਚਨ ਹੁੰਦੇ ਸਰ ਟੋਟਲ? 30 ਕੁਐਸਚਨ ਹੈ ਜੀ। 30 ਕੁਐਸਚਨ ਯਾਨੀ ਕਿ 30 ਨੰਬਰ ਦੇ? ਹਾਂ 30 ਨੰਬਰ ਦਾ ਹੈ ਔਰ 24 ਨੰਬਰ ਲੈਣੇ ਹੋਣਗੇ ਚੋਂ। 24 ਨੰਬਰ, 24 ਨੰਬਰ ਵਾਲਾ ਪਾਸ ਹੋਏਗਾ, ਅਗਰ ਇੱਕ ਨੰਬਰ ਘੱਟ ਰਹਿ ਗਿਆ ਤਾਂ ਫਿਰ ਦੁਬਾਰਾ ਪੇਪਰ, ਦੁਬਾਰਾ ਤੋਂ ਪੇਪਰ ਹੋਏਗਾ। ਤੇ ਇਹ ਕਿਸ ਤਰ੍ਹਾਂ, ਇਹ ਟਿਕ ਮਾਰਕ ਵਾਲੇ ਕੁਐਸਚਨਸ? ਹਾਂ, ਇਹ ਜਿੱਥੇ ਮਤਲਬ ਆਪਾਂ ਅਕਾਊਂਟ ਬਣੇਗਾ ਕਰੋੜਪਤੀ ਦੇਖਦੇ ਹਾਂ ਨਾ, ਤੇ ਉਹਦੇ ਵਿੱਚ ਇੱਕ ਕੁਐਸਚਨ ਦੇ ਚਾਰ ਆਨਸਰ ਆ ਤੇ ਚਾਰਾਂ ਦੇ ਵਿੱਚੋਂ ਇੱਕ ਤੇ ਟਿਕ ਕਰਨਾ ਵਾ। ਠੀਕ ਹੈ, ਜਿਸ ਤਰ੍ਹਾਂ ਇਹ ਦੇਖੋ ਇਹ ਰਸਤਾ, ਯਾਨੀ ਕਿ ਰੋਡ ਸਾਈਨ ਹੈ। ਇਹ ਵੀ ਤੁਹਾਨੂੰ ਦਿਖਾ ਦਈਏ ਕਿ ਇਸ ਤਰ੍ਹਾਂ ਦਾ ਕੁਐਸਚਨ ਪੇਪਰ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ। ਇਹ ਕੋਈ ਵੀ ਜਿਹੜਾ ਹੈਗਾ ਸਾਈਨ ਦਿੱਤਾ ਹੋਇਆ ਉਹਦੇ ਬਾਰੇ ਚਾਰ ਆਪਸ਼ਨਸ ਤੁਹਾਨੂੰ ਦਿੱਤੇ ਹੋਏ ਨੇ। ਇਹ ਸਪੋਜ਼ ਕਰੋ, ਇੱਕ ਇੱਕ ਇਗਜ਼ਾਮਪਲ ਦੇ ਦਿੰਦੇ ਸਰ, ਇੱਕ ਅੱਗੇ ਇੰਟਰਨੈਸ਼ਨਲ ਚੌਰਾਹਾ ਹੈ, ਇਹਦਾ ਮਤਲਬ ਕੀ ਹੈ? ਇਹ 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 ਵਟ ਡਸ ਦਿਸ ਰੋਡ ਸਾਈਨ ਮੀਨ, ਯਾਨੀ ਕਿ ਇਸ ਰੋਡ ਸਾਈਨ ਦਾ ਮਤਲਬ ਕੀ ਹੈ? ਯਾਨੀ ਕਿ ਚਾਰ ਆਪਸ਼ਨ ਨੇ, ਅੱਗੇ ਇੰਟਰਨੈਸ਼ਨਲ ਚੌਰਾਹਾ ਹੈ, ਅੱਗੇ ਗੋਲ ਚੌਕ ਹੈ, ਅੱਗੇ ਚੌਰਾ, ਇਹ ਇਹ ਰਾਹ ਚ ਹੈ, ਵਨ ਵੇ ਸਿੱਧਾ ਸਰ, ਇਹ ਚਾਰ ਆਪਸ਼ਨ ਨੇ। ਵਨ ਵੇ ਆ, ਠੀਕ ਹੈ, ਵਨ ਵੇ, ਫਿਰ ਵਨ ਵੇ ਆ, ਅੱਛਾ ਇਹਦਾ ਆਨਸਰ ਵਨ ਵੇ ਹੈ। ਠੀਕ ਹੈ, ਇਹ ਸਾਰੀ ਚੀਜ਼ਾਂ ਤੁਸੀਂ ਦੱਸ ਦਿਓ ਇਹਨਾਂ ਨੂੰ ਕਿ ਪੂਰਾ ਸਾਰਾ ਰੋਡ ਸਾਈਨ ਸਮਝਾਉਂਦੇ ਸਾਰੇ ਨਾ। ਅੱਛਾ, ਇਹਨੂੰ ਦੇ ਵੀ ਰੱਖੇ, ਇਹਨਾਂ ਨੇ ਯਾਦ ਵੀ ਕਰ ਲਿਆ ਹੁਣ। ਠੀਕ ਹੈ, ਤੇ ਕੁਛ ਇੱਥੇ ਵੀ ਆਪਾਂ ਸਮਝਾਉਂਦੇ ਹਾਂ, ਕਲਾਸ ਲਾਉਂਦੇ ਜਦੋਂ। ਠੀਕ ਹੈ, ਜਿਹੜੇ ਮੈਡੀਟੇਸ਼ਨ ਇਹ ਇਹ ਇਹਦੇ 'ਚ ਪਾਸ ਹੋ ਗਈ, ਉਸ ਤੋਂ ਬਾਅਦ ਦਾ ਪ੍ਰੋਸੀਜਰ ਕੀ ਹੈ ਉਹਦਾ? ਬਾਅਦ ਸਰਟੀਫਿਕੇਟ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਹੁਣ ਪੂਰਾ ਇੱਕ ਪ੍ਰੋਟੋਕਾਲ ਦੇ ਹਿਸਾਬ ਨਾਲ ਚੰਡੀਗੜ੍ਹ ਪੁਲਿਸ ਜਿਹੜੀ ਹੈ ਕੋਸ਼ਿਸ਼ ਕਰਦੀ ਹੈ ਇਹ ਸਾਈਨ। ਹਾਂ, ਇੱਕ ਇਹਨਾਂ ਦਾ ਸਰਟੀਫਿਕੇਟ ਬਣੇਗਾ, ਨਾਮ ਲਿਖਿਆ ਜਾਏਗਾ ਇਹਨਾਂ ਦਾ, ਫਾਦਰ ਨੇਮ ਔਰ ਇਹਨਾਂ ਦਾ ਐਡਰੈਸ ਵਗੈਰਾ ਔਰ ਇਹਨਾਂ ਦਾ ਖਾਸ ਕਰਕੇ ਜਿਹੜਾ ਲਾਇਸੈਂਸ ਨੰਬਰ ਆ ਉਹ ਲਿਖਿਆ ਜਾਏਗਾ। ਲਾਇਸੈਂਸ ਨੰਬਰ ਤੋਂ ਬਾਅਦ ਫਿਰ ਇਹਨਾਂ ਨੂੰ ਉੱਥੇ ਜਾ ਕੇ ਆਪਣੇ DSP ਸਾਹਿਬ ਦੇ ਇੱਥੇ ਸਿਗਨੇਚਰ ਹੋਣਗੇ ਤੇ ਉਹ ਇਹਨਾਂ ਨੂੰ ਸਰਟੀਫਿਕੇਟ ਦਿੱਤਾ ਜਾਏਗਾ। ਫਿਰ RLA ਆਫਿਸ ਜਾ ਕੇ ਇਹ ਆਪਣਾ ਲਾਇਸੈਂਸ ਲੈ ਸਕਦੇ। ਯਾਨੀ ਕਿ ਇਸ ਤੋਂ ਇਲਾਵਾ ਜੇਕਰ ਇਹ ਸਰਟੀਫਿਕੇਟ ਨਹੀਂ ਮਿਲਦਾ, ਲਾਇਸੈਂਸ ਨਹੀਂ ਮਿਲਦਾ? ਨਹੀਂ, ਲਾਇਸੈਂਸ ਨਹੀਂ ਮਿਲੇਗਾ, ਉਹ ਦਿੰਦੇ ਨਹੀਂ। ਅੱਛਾ, ਤੇ ਤੁਸੀਂ ਕਲਾਸਾਂ ਲੈਂਦੇ ਹੋ, ਸਾਰੀ ਚੀਜ਼ਾਂ ਸਮਝਾਉਂਦੇ ਹੋ? ਬਿਲਕੁਲ, ਇਹ ਤੋਂ ਜੱਡ ਸਾਰੀਆਂ ਕਲਾਸਾਂ। ਚਲਾਨ ਤਾਂ ਸਰ ਬਹੁਤ ਹੋ ਰਹੇ ਹਨ, ਕਿੰਨੀ ਕਲਾਸਾਂ ਤੁਸੀਂ ਡੇਲੀ ਰੂਟੀਨ ਵਾਈਜ਼ ਲੈਂਦੇ ਹੋ ਕਲਾਸਿਸ? ਇਹ ਪਹਿਲਾਂ ਤਾਂ ਬਹੁਤ ਹੁੰਦੇ ਸੀਗੇ ਲਾਇਸੈਂਸ ਕੈਂਸਲ ਵਾਲੇ, ਤਾਂ ਹੁਣ ਲਾਇਸੈਂਸ ਮਤਲਬ ਬਹੁਤ ਜ਼ਿਆਦਾ ਫਰਕ ਪੈ ਗਿਆ ਲੋਕਾਂ ਨੂੰ, ਅਵੇਅਰ ਅਵੇਅਰ ਹੋ ਗਿਆ ਹੁਣ। ਅੱਜ ਮਤਲਬ ਥੋੜ੍ਹੇ 11 ਕੁ ਜਾਣੇ ਆ, ਪਹਿਲਾਂ ਤਾਂ 25-30 ਬੰਦੇ ਡੇਲੀ ਹੁੰਦੇ ਸੀਗੇ। ਅੱਛਾ, ਤੇ ਹੁਣ ਤਾਂ ਬਹੁਤ ਮਤਲਬ ਫਰਕ ਪੈ ਗਿਆ, ਕਿਉਂਕਿ ਲਾਇਸੈਂਸ ਕੈਂਸਲ ਦਾ ਡਰ ਜ਼ਿਆਦਾ ਲੋਕਾਂ 'ਚ, ਲੋਕਾਂ ਨੇ ਜ਼ਿਆਦਾ। ਹਾਂ, ਤੇ ਕੁਛ ਕੈਮਰਿਆਂ ਤੋਂ ਬਹੁਤ ਡਰਦੇ ਆ, ਕਿਉਂਕਿ ਕੈਮਰੇ ਚਲਾਨ ਕਰਦੇ ਆ, ਸਾਰੇ ਆਨਲਾਈਨ ਚਲਾਉਣ ਵਾਲੇ ਆ। ਅੱਛਾ, ਇਹ ਸਾਰੇ ਆਨਲਾਈਨ ਚਲਾਉਣ? ਹਾਂਜੀ ਹਾਂਜੀ। ਤੁਹਾਡਾ ਕਿਸ ਚੀਜ਼ ਦਾ ਚਲਾਨ ਹੋਇਆ ਸੀ? ਮੇਰਾ ਵਿਦਆਊਟ ਹੈਲਮਟ ਦਾ ਜੀ। ਵਿਦਆਊਟ ਹੈਲਮਟ ਕਹਾਂ ਹੋਗਾ? ਨਹੀਂ, ਤਾਂ ਨਹੀਂ ਪਤਾ ਜੀ ਮੇਰੇ ਕੋ। ਅੱਛਾ, 3 ਮਹੀਨੇ ਪਹਿਲੇ ਹੋਗਾ? 3 ਮਹੀਨੇ ਪਹਿਲੇ ਉਹ ਲਾਇਸੈਂਸ ਕੈਂਸਲ ਹੋ ਗਿਆ, ਸਸਪੈਂਡ ਹੋ ਗਿਆ ਆਪਕਾ? ਹਾਂਜੀ। ਤੋ ਅਬ ਸਿੱਖ ਰਹੇ ਹੋ ਕੁਝ? ਹਾਂਜੀ, ਅਬ ਤਾਂ ਸਿੱਖ ਗਏ ਸਭ ਕੁਝ। ਅਬ ਤੋਂ ਨਹੀਂ ਆਗੇ ਸੇ ਹੋਗਾ? ਨਹੀਂ ਨਹੀਂ ਜੀ, ਅਬ ਕਹਾਂ। ਚਲੋ, ਇੱਕ ਸਬਕ ਹੁੰਦਾ ਹੈ ਕਿਉਂਕਿ ਬਹੁਤ ਜ਼ਰੂਰੀ ਹੈ ਭੁਪਿੰਦਰ ਜੀ ਇਹ। ਹਾਲਾਂਕਿ ਇਹ ਚੀਜ਼ਾਂ ਜਿਹੜੀ ਹੈ, ਇਹ ਕੁਐਸਚਨਸ ਜਿਹੜੇ ਹੈ ਉਹ ਦਿੱਤੇ ਜਾਂਦੇ ਨੇ, ਔਰ ਇਹ ਜਿੰਨੇ ਵੀ ਲੋਕ ਬੈਠੇ, ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਦੁਬਾਰਾ ਤੋਂ ਇਹ ਚੀਜ਼ਾਂ ਨਾ ਹੋਣ। ਇਹੀ ਇਹੀ ਕੋਸ਼ਿਸ਼ ਤਾਂ ਇਹੀ ਹੈ। ਹਾਂ ਬਿਲਕੁਲ, ਇੱਕ ਇਹਨਾਂ ਨੂੰ ਸਜ਼ਾ ਹੀ ਹੈ ਕਿ 3 ਮਹੀਨੇ ਇੱਕ ਤਾਂ ਗੱਡੀ ਚਲਾਉਣਗੇ, ਫਿਰ ਇੱਕ ਅੱਜ ਸਵੇਰ ਆਪਣਾ ਸਵੇਰ ਤੋਂ ਆ ਕੇ 5 ਵਜੇ ਤੱਕ ਕਲਾਸ ਲਾਉਣਗੇ, ਇੱਥੇ ਰਹਿਣਗੇ। ਇਹ ਵੀ ਸਜ਼ਾ, ਹਾਜ਼ਰੀ ਵੀ ਇੱਕ ਸਜ਼ਾ ਇਹਨਾਂ ਨੂੰ, ਤੇ ਕਿਉਂਕਿ ਪੈਸੇ ਨੂੰ ਕੁਝ ਨਹੀਂ ਸਮਝਦੇ ਵੀ ਪੈਸਾ ਭਰ ਰੱਖੇ, ਤੇ ਆ ਬੇਟੀ ਇਹ ਸਜ਼ਾ, ਇਹ ਦੁਬਾਰਾ ਗਲਤੀ ਨਹੀਂ ਕਰਨ ਦਿੰਦੀ ਇਹਨਾਂ ਨੂੰ। ਹਾਂਜੀ, ਜੇ ਬਾਈ ਚਾਂਸ ਇਹਦੇ 'ਚ ਐਗਜ਼ਾਮ 'ਚ ਕਲੀਅਰ ਨਹੀਂ ਹੁੰਦੇ, ਕਿੰਨੀ ਵਾਰੀ ਦੀ ਆਪਸ਼ਨ ਹੈ ਕਿ ਤੁਸੀਂ ਕਿੰਨੀ ਵਾਰੀ ਐਗਜ਼ਾਮ ਦੇ? ਨਹੀਂ, ਦੁਬਾਰਾ ਫਿਰ ਪੇਪਰ ਹੋਏਗਾ, ਦੁਬਾਰਾ ਨਾ ਹੋਏਗਾ? ਨਹੀਂ, ਫਿਰ ਦੁਬਾਰਾ ਹੋਏਗਾ, ਦੁਬਾਰਾ ਹੋਏਗਾ। ਤੁਸੀਂ ਮਤਲਬ ਬਾਰ ਬਾਰ ਇਹਨਾਂ ਨੂੰ ਨਹੀਂ? ਹਾਂ ਨਹੀਂ, ਅਸੀਂ ਸਮਝਾਉਂਦੇ ਹਾਂ ਇਸ ਤਰੀਕੇ ਨਾਲ, ਵੈਸੇ ਹੋ ਜਾਂਦੇ ਪਾਸ, ਸਮਝ ਜਾਂਦੇ ਆ ਕਿਉਂਕਿ ਸਿਆਣੇ ਆ ਬੰਦੇ। ਤੇ ਬਿਲਕੁਲ, ਜਿੱਦਾਂ ਭੁਪਿੰਦਰ ਜੀ ਨੇ ਦੱਸਿਆ, ਔਰ ਕੋਸ਼ਿਸ਼ ਇਹੀ ਹੈ ਕਿ ਜਿੰਨੇ ਵੀ ਸਰ, ਕਿਸ ਚੀਜ਼ ਕਾ ਹੁਆ ਥਾ ਆਪਕਾ ਚਲਾਨ? ਇਹ ਮੇਰੇ ਬੇਟੇ ਨੇ ਕਰਵਾਇਆ ਥਾ। ਅੱਛਾ, ਬਿਨਾ ਹੈਲਮੇਟ ਕਾ? ਬਿਨਾ ਹੈਲਮੇਟ। ਹਾਂਜੀ, ਅਬ ਕੁਛ ਅਬ ਮੈਂ ਬੇਟੇ ਕੋ ਦੇਤਾ ਨਹੀਂ ਹੈ? ਅਬ ਨਹੀਂ ਦੇਤੇ, ਕਿਉਂਕਿ ਬਹੁਤ ਜ਼ਰੂਰੀ ਹੈ, ਬੰਦ ਕਰ ਦਿਆ। ਬਿਲਕੁਲ, ਬਹੁਤ ਜ਼ਰੂਰੀ। ਠੀਕ ਹੈ, ਬਹੁਤ ਜ਼ਰੂਰੀ। ਸਰ, ਕਿਸ ਚੀਜ਼ ਕਾ ਹੁਆ ਥਾ ਆਪਕਾ? ਸਰ, ਹੈਲਮੇਟ ਥਾ, ਬੇਟੇ ਮੇਰੇ ਬੇਟੇ ਕੋ, ਮੈਂ ਬੇਟੀ ਪਿੱਛੇ ਬੈਠੀ, ਮੈਂ ਤਾਂ ਹੈਲਮੇਟ ਲਗਾ ਰੱਖਾ ਥਾ, ਲੇਕਿਨ ਉਸਕੋ ਬੁਖਾਰ ਥਾ, 101 ਬੁਖਾਰ ਥਾ, ਮੈਨੇ ਧਿਆਨ ਨਹੀਂ ਕੀਆ, ਮੈਨੂੰ ਤਾਂ ਯਾਦ ਥਾ, ਲੇਕਿਨ ਉਸਕੋ ਡਾਕਟਰ ਕੇ ਪਾਸ ਲੈ ਜਾਣਾ ਥਾ, ਇਸ ਲਈ ਹੋ ਗਿਆ ਜੀ। ਚਲੋ, ਅਬ ਆਗੇ ਕੇ ਲਈ, ਆਗੇ ਕੇ ਲਈ ਕਭੀ ਨਹੀਂ ਹੋਗਾ, ਮੇਰਾ ਪਹਿਲਾ ਚਲਾਨ ਹੈ, ਇਹ ਪਹਿਲਾ ਚਲਾਨ ਹੈ। ਚਲੋ, ਆਜ ਸੇ ਕਭੀ ਨਹੀਂ ਹੋਗਾ। ਸਰ, ਆਪਕਾ ਕਿਆ? ਸਰ, ਮੇਰਾ ਬਿਨਾ ਹੈਲਮੇਟ ਕੇ ਚਲਾਨ ਹੋਗਾ। ਬਿਨਾ ਆਪਕਾ? ਹਾਂਜੀ।
अब कुछ अब आगे के लिए ऐसी गलती कभी नहीं होगी, ऑनलाइन सारे कैमरेज हैं, चीजें हैं, अब ऐसी गलती नहीं होगी। तो बिल्कुल, क्योंकि लोग भी समझदार ने हुण मैनूं लगदा कि काफी अवेयरनेस आ गई है, ऑनलाइन जिहड़े चलान आ रहे हैं, ਇਹ ਚੀਜ਼ਾਂ ਜਿਹੜੀ ਸ਼ੁਰੂਆਤ ਕੀਤੀ ਹੈ ਲੋਕਾਂ 'ਚ ਅਵੇਅਰਨੈਸ ਜਿਹੜੀ ਹੈ ਉਹ ਲਾਉਣ ਵਾਸਤੇ ਟ੍ਰੈਫਿਕ ਪੁਲਿਸ? ਹਾਂ ਬਿਲਕੁਲ, ਇਹ ਜਦੋਂ ਚਲਾਨ ਹੁੰਦੇ ਸੀਗੇ ਤੇ ਫਿਰ ਸਾਡੇ ਪ੍ਰਸ਼ਾਸਨ ਨੇ, ਸਾਡੇ ਅਫਸਰਾਂ ਨੇ ਇੱਕ ਇਹ ਮਤਲਬ ਰੂਲ ਪਾਸ ਕਰਤਾ ਕਿ ਇਹਨਾਂ ਦੇ 3 ਮਹੀਨੇ ਬਾਅਦ ਇੱਕ ਪੇਪਰ ਲਓ ਕਿ ਇਹਨਾਂ ਨੂੰ ਰੀਫਰੈਸ਼ ਕਰੋ, ਥੋੜ੍ਹਾ ਰੂਲ ਵਗੈਰਾ ਦੱਸੋ, ਅਤੇ ਉਸ ਤੋਂ ਬਾਅਦ ਇਹਨਾਂ ਦਾ ਪੇਪਰ ਲੈ ਕੇ ਫਿਰ ਹੀ ਦਓ ਇਹਨਾਂ ਨੂੰ, ਕਿ ਇਹਨਾਂ ਨੂੰ ਥੋੜ੍ਹਾ ਯਾਦ ਰਹੇਗਾ ਕਿ ਅੱਗੇ ਤੋਂ ਗਲਤੀ ਨਹੀਂ ਕਰਨੀ। ਠੀਕ ਹੈ ਤਾਂ ਬਿਲਕੁਲ, ਜਿੱਦਾਂ ਹੁਣ ਇਹੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਦਾ ਮਕਸਦ ਇਹੀ ਹੈ ਕਿ ਲੋਕਾਂ ਨੂੰ, ਕਿਉਂਕਿ ਇਗਜ਼ਾਮ ਲੈਣਾ ਜਾਂ ਫਿਰ ਕਲਾਸਿਸ ਲਵਾਉਣਾ, ਮਕਸਦ ਇਹੀ ਹੈ ਕਿ ਦੁਬਾਰਾ ਤੋਂ ਕਿਸ ਤਰ੍ਹਾਂ ਦਾ ਕੋਈ ਵਾਇਲੇਸ਼ਨ ਨਾ ਕਰ ਸਕੇ, ਕਿਉਂਕਿ ਲਾਇਸੈਂਸ ਜੇਕਰ ਸਸਪੈਂਡ ਹੋ ਗਿਆ ਤਾਂ ਤੁਸੀਂ 3 ਮਹੀਨੇ ਗੱਡੀ ਵੀ ਨਹੀਂ ਚਲਾ ਸਕਦੇ, ਜੇਕਰ ਤੁਸੀਂ ਚਲਾਉਂਦੇ ਹੋ ਤਾਂ ਆਪਣੇ ਰਿਸ਼ਤੇ ਚਲਾਉਂਦੇ ਹੋ, ਜੇਕਰ ਫੜੇ ਗਏ ਤਾਂ ਫਿਰ ਤੁਹਾਨੂੰ ਦੁਬਾਰਾ ਤੋਂ ਡਬਲ ਜਿਹੜਾ ਹਰਜਾਨਾ ਹੋ ਸਕਦਾ ਜਾਂ ਫਿਰ ਮਾਮਲਾ ਵੀ ਦਰਜ ਹੋ ਸਕਦਾ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਅਵੇਅਰਨੈਸ ਹੈ ਉਹ ਜ਼ਰੂਰ ਹੈ। ਹਾਲਾਂਕਿ ਪਿਛਲੇ ਦਿਨ ਅਸੀਂ ਦੇਖਿਆ ਕਿ ਜਿਹੜੇ ਵੀ ਕੈਮਰੇ, ਹਾਈਟੈਕ ਕੈਮਰੇ ਲੱਗੇ ਹੋਏ ਨੇ ਚੰਡੀਗੜ੍ਹ ਦੇ ਵਿੱਚ ਸਮਾਰਟ ਸਿਟੀ ਦੇ ਅੰਡਰ, ਉਹਦੇ ਵਿੱਚ ਹੁਣ ਕਿਤੇ ਨਾ ਕਿਤੇ ਲੋਕਾਂ 'ਚ ਅਵੇਅਰਨੈਸ ਬਹੁਤ ਆਈ ਹੈ, ਲੇਕਿਨ ਜਿਹੜੇ ਵੀ ਵਿਦਾਊਟ ਹੈਲਮੈਟ ਚੱਲ ਰਹੇ ਆ, ਡੇਂਜਰਸ ਡਰਾਈਵਿੰਗ ਹੁਣ ਵੀ ਚੱਲ ਰਹੇ ਆ, ਉਹਨਾਂ ਦਾ ਲਾਇਸੈਂਸ ਸਸਪੈਂਡ ਜਿਹੜਾ ਕੀਤਾ ਜਾਂਦਾ, ਔਰ ਇਸ ਤਰ੍ਹਾਂ ਦਾ ਪ੍ਰੋਸੀਜਰ ਪੂਰਾ ਫੋਲੋ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਲਾਇਸੈਂਸ ਜਿਹੜਾ ਉਹ ਵਾਪਸ ਮਿਲਦਾ।